ਅੱਲਾ ਅਜਰ ਦੇ ਸੀ ਇਨਸ਼ਾਅੱਲਾ ਫੀਸ ਵੀ ਲਿਲਾ ਅੱਲਾ ਤਾਲਾ ਅਜਰ ਦੇ ਕੋਈ ਸ਼ੱਕ ਨਹੀਂ ਹੋਰ ਨਾ ਕੋਈ ਵੀ ਨਾਮ ਦੇ ਮੈਂ ਕਸ਼ਮੀਰ ਹੋ ਕਸ਼ਮੀਰ ਹੋ ਕੀ ਮਸਾਲਾ ਵਗੈਰਾ ਲੱਗੀ ਗਿਆ ਆ ਤੇ ਜਨਾਬ ਐ ਚੁੱਲ੍ਹੇ ਉੱਪਰ ਵੀ ਟਿੰਗਣੀਆਂ ਲੱਗੀਆਂ ਜ਼ਾਲਮ ਨੇ ਖਿਲਾਫ ਆਵਾਜ਼ ਚਾਣਾ ਇਹੀ ਮਕਸਦ ਹੈ ਹੋਰ ਮਕਸਦ ਨਹੀਂ ਹੈ ਕਿ ਬੰਦਾ ਬੰਦੇ ਜ਼ਿਆਦਾ ਇਕੱਠੇ ਕਰੀ ਗਏ ਸੀ ਜਾਂ ਨਾ ਬਣਾਈ ਗਏ ਸੀ ਜਾਂ ਅਸਲਾਮ ਵਾਲੇਕੁਮ ਜੀ ਉਮੀਦ ਕਰਦੇ ਹਾਂ ਕਿ ਸਾਰੇ ਭੈਣ ਭਰਾ ਠੀਕ ਠਾਕ ਹੋ ਸੋ ਖੁਸ਼ਬਾਸ਼ ਹੋ ਸੋ ਤਾਲਾ ਤਾਲਾ ਨੇ ਫਜ਼ੋਮਾਨ ਵਿੱਚ ਹੋ ਸੋ ਦੁਆ ਗੋਇਆਂ ਅੱਲਾ ਪਾਕ ਸਾਰਿਆਂ ਕੇ ਅਸਰਾਂ ਮੁਸਕਰਾਉਣਾ ਔਰ ਸਲਾਮਤ ਰੱਖਿਆ ਅਲਹਮਦੁਲਿਲਾ ਜੀ ਅੱਜ ਅਸਾਂ ਆਪਣੇ ਆਸ਼ਾਨੇ ਪਰ ਮੌਜੂਦ ਹਾਂ ਤੁਸੀਂ ਤੱਕਣੇ ਹੋ ਕਾਫੀ ਟਾਈਮ ਤੋਂ ਬਾਅਦ ਅਸਾਂ ਆਪਣੇ ਆਸ਼ਾਨੇ ਪਰ ਆਏ ਹਾਂ ਅਸਾਂ ਆਸ਼ਾਨੇ ਨੇ ਯਕੀਨ ਮੰਨੋ ਕਿ ਬਹੁਤ ਹੀ ਜ਼ਿਆਦਾ ਖਰਾਬੀ ਔਰ ਬਹੁਤ ਹੀ ਜ਼ਿਆਦਾ ਤਬਾਹੀ ਲਿਖੜੀ ਵੀ ਸੀ ਅਸਾਂ ਰਾਤੀ ਕਾਫੀ ਟਾਈਮ ਲਾਇਆ ਔਰ ਟਾਈਮ ਲਾਉਣੇ ਨਹੀਂ ਵਜ੍ਹਾ ਅੱਜ ਤੁਸੀਂ ਥੰਬ ਮੇਲ ਵੀ ਤੱਕਿਆ ਸੀ ਅਸਾਂ ਆਸ਼ਾਨੇ ਪਰ ਅੱਜ ਇੰਥਾਈ ਰੌਣਕੀ ਬੰਦੇ ਆਏ ਰਹੇ ਯਕੀਨ ਮੰਨੋ ਉਹ ਬੰਦੇ ਆਏ ਰਹੇ ਜਿਨ੍ਹਾਂ ਅਵਾਮੀ ਹਕੂਕ ਨੇ ਕੀ ਜੰਗ ਲੜੀ ਜਨਾਬ ਖਵਾਜਾ ਮਹਿਰਾਨ ਸਾਹਿਬ ਤਾਂ ਅਸਾਂ ਅੱਜ ਉਹਨਾਂ ਨੇ ਇੱਥੇ ਦਾਵਤ ਰੱਖੀ ਹੋਈ ਆ ਤਾਂ ਮਹਾਰਾਜ ਅਸਾਂ ਫਿਰ ਜਨਾਬ ਆਪਣੇ ਆਸ਼ਾਨੇ ਪਰ ਆਏ ਹਾਂ ਆਸ਼ਾਨੇ ਕੀ ਚਮਕਾਇਆ ਕਿ ਅਸਾਂ ਨੇ ਉਹ ਪਾਈ ਅੱਛਣ ਤਾਂ ਤੱਕਣ ਔਰ ਖੁਸ਼ ਵੈਣ ਯਕੀਨ ਮੰਨੋ ਇਹ ਨੌਜਵਾਨ ਹੋਣ ਜਿਨ੍ਹਾਂ ਅਵਾਮੀ ਹਕੂਕ ਨੇ ਕੀ ਜੰਗ ਲੜੀ ਜਿਨ੍ਹਾਂ ਨਾ ਦਿਨ ਤੱਕਿਆ ਨਾ ਰਾਤ ਤੱਕੀ ਜਿਨ੍ਹਾਂ ਨਾ ਧੁੱਪ ਤੱਕੀ ਨਾ ਸਰਦੀ ਨਾ ਗਰਮੀ ਤੱਕੀ ਮਸਲਨ ਉਹਨਾਂ ਅਵਾਮ ਪਿੱਛਾ ਇਤਨੀ ਜਦੋਂ ਜਦ ਕੀਤੀ ਉਹ ਨੌਜਵਾਨ ਹਨ ਇਸ ਟਾਈਮ ਜਿਹੜੇ ਪੂਰੀ ਦੁਨੀਆਂ ਵਿੱਚ ਵਾਇਰਲ ਹਨ ਔਰ ਪੂਰੀ ਦੁਨੀਆਂ ਵਿੱਚ ਲੋਕ ਇਹਨਾਂ ਕੀ ਤੱਕਣਾ ਪਸੰਦ ਕਰਨੇ ਹਨ ਬਾਕੀ ਅਸਾਂ ਦੀ ਖੁਸ਼ਕਿਸਮਤੀ ਹੈ ਜਨਾਬ ਅਸਾਂ ਨੇ ਆਸ਼ਾਨੇ ਭਰੇ ਸਨ ਇੱਥੇ ਟਾਈਮ ਦੇ ਸਨ ਇਨਸ਼ਾਅੱਲਾ ਉਹ ਇਸ ਉਹਨਾਂ ਨਾਲ ਕੋਸ਼ਿਸ਼ ਕਰਸਾਂ ਅੱਛੇ ਤੋਂ ਅੱਛਾ ਵੈਲਕਮ ਕਰਾਂ ਉਹ ਵੀ ਤੁਸਾਂ ਕੀ ਦੱਸਾਂ ਤਾਂ ਅਲਹਮਦੁਲਿਲਾ ਜੀ ਅਸਾਂ ਨੇ ਆਸ਼ਾਨੇ ਪਰ ਕਾਫੀ ਜਿਹੜੇ ਨਾਣੇ ਹੋਣ ਕਿ ਅੱਛੇ ਅੱਛੇ ਲੋਕ ਹਨ ਯਕੀਨ ਮੰਨੋ ਅਸਾਂ ਕੀ ਇਤਨੀ ਤੁੱਕ ਨਹੀਂ ਸੀ ਕਿ ਜਾਂ ਇਤਨੀ ਅਸਾਂ ਕੀ ਨਹੀਂ ਸੀ ਕਿ ਅਸਾਂ ਨੇ ਆਸ਼ਾਨੇ ਪਰ ਇਤਨੇ ਇਤਨੇ ਖਾਸ ਲੋਕ ਇੱਥੇ ਆਏ ਸਨ ਲੇਕਿਨ ਅਸਾਂ ਦੀ ਖੁਸ਼ਕਿਸਮਤੀ ਹੈ ਕਈ ਅੱਜ ਜਿਹੜੇ ਜਨਾਬ ਲੋਕ ਅਸਾਂ ਨੇ ਆਸ਼ਾਨੇ ਪਰ ਆਏ ਬਾਕੀ ਜਿਹੜੇ ਅੱਜ ਨੇ ਅਸਾਂ ਮਹਿਮਾਨ ਹਨ ਬਹੁਤ ਹੀ ਖਾਸ ਹਨ ਯਕੀਨ ਮੰਨੋ ਮੈਂ ਤਾਂ ਕਿ ਮਾੜੇ ਦਿਲਾਂ ਨੇ ਬਹੁਤ ਹੀ ਕਰੀਬ ਬਣੀ ਖਾਲੀ ਮਾੜੇ ਨਹੀਂ ਮੈਂ ਸਮਝਣਾ ਕਿ ਪੂਰੇ ਕਸ਼ਮੀਰ ਨੇ ਲੋਕਾਂ ਨੇ ਦਿਲਾਂ ਨੇ ਜਿਹੜਾ ਨਾ ਬਹੁਤ ਹੀ ਕਰੀਬ ਬਣ ਅੱਜ ਨਾ ਜਿਹੜਾ ਵਲਾਗ ਹੋ ਸੀ ਜਨਾਬ ਅਸਾਂ ਨੇ ਬੜੇ ਪਿਆਰੇ ਦੋਸਤ ਜਨਾਬ ਖਵਾਜਾ ਮਹਿਰਾਨ ਸਾਹਿਬ ਨਾਲ ਹੋ ਸੀ ਉਹਨਾਂ ਨੇ ਅਸਾਂ ਇੱਥੇ ਦਾਵਤ ਰੱਖੀ ਵੀ ਆ ਇੱਕ ਅੱਛਾ ਜਿਹਾ ਅਸਾਂ ਵੈਲਕਮ ਵੀ ਕਰਨਾ ਔਰ ਅਸਾਂ ਦੀ ਖੁਸ਼ਨਸੀਬੀ ਵੀ ਆਇਆ ਬਾਕੀ ਜਨਾਬ ਆਈ ਗਈਆਂ ਸਾਰਿਆਂ ਤੋਂ ਪਹਿਲਾਂ ਤੁਸੀਂ ਕਿ ਆਪਣੇ ਆਸ਼ਾਨੇ ਨਾਲ ਥੋੜ੍ਹਾ ਵਿਜ਼ਿਟ ਕਰਾਉਣੇ ਆ ਸੈਟਿੰਗ ਵਗੈਰਾ ਕੀ ਆ ਜੀ ਹੋਈ ਹੈ ਤੁਸੀਂ ਕੀ ਦੱਸਣੇ ਆ ਮਾਸ਼ਾਅੱਲਾ ਜੀ ਤੱਕੋ ਅੱਜ ਕਿਤਨੇ ਟਾਈਮ ਤੋਂ ਬਾਅਦ ਅਸਾਂ ਫਿਰ ਆਪਣੇ ਆਸ਼ਾਨੇ ਪਰ ਰੌਣਕ ਬਣਾਈ ਆ ਤੁਸੀਂ ਤੱਕਣੇ ਹੋ ਫਰੰਟ ਪਰ ਫਲਸਤੀਨ ਝੰਡਾ ਦੋ ਬੈਕ ਪਰ ਝੰਡੇ ਜਿਹੜੇ ਕਸ਼ਮੀਰ ਨੇ ਬਾਕੀ ਵੀ ਤੁਸੀਂ ਮਾਸ਼ਾਅੱਲਾ ਤੱਕੋ ਉਹ ਸੇਮ ਰੌਣਕ ਉਹ ਸਨੇਹ ਸੇਮ ਜਿਸ ਤਰ੍ਹਾਂ ਪਹਿਲਾਂ ਸਨ ਜਨਾਬ ਚੀਜ਼ਾਂ ਇੱਥੇ ਤਿਆਰ ਹੋਈਆਂ ਉਸ ਸਾਰੇ ਯਕੀਨ ਮੰਨੋ ਇਤਨੀਆਂ ਸ਼ਦੀਦ ਬਾਰਿਸ਼ਾਂ ਹੋਈਆਂ ਹੁਣ ਬਾਰਿਸ਼ਾਂ ਨਾਲ ਵੀ ਯਾਰ ਉਠਾ ਇਸ ਨਾਲ ਨੁਕਸਾਨ ਹੋਇਆ ਤੁਸੀਂ ਚੈੱਕ ਕਰੋ ਜਿਹੜੀਆਂ ਇਸ ਨੇ ਆਏ ਰੰਗ ਵਗੈਰਾ ਥੋੜ੍ਹਾ ਬਹੁਤਾ ਲੱਥ ਆਇਆ ਇਸ ਤੋਂ ਇਲਾਵਾ ਇਸ ਨੂੰ ਕੋਈ ਹੋਰ ਨੁਕਸਾਨ ਨਹੀਂ ਹੋਇਆ ਤੁਸੀਂ ਤੱਕਣੇ ਹੁਣ ਉਸ ਸਾਰਾ ਜਨਾਬ ਫਸਟ ਕਲਾਸ ਹੈ ਬਾਕੀ ਅਸਾਂ ਰਾਤੀ ਚੇਂਜਿੰਗ ਜਿਹੜੀ ਕੀਤੀ ਆ ਤੁਸੀਂ ਬਾੜ ਤੱਕੜੇ ਹੁਣ ਬਾੜ ਕਾਫੀ ਤਰੁੱਟੀ ਗਈ ਸੀ ਤੁਸੀਂ ਇੱਧਰ ਵੀ ਤੁਸੀਂ ਚੈੱਕ ਕਰੋ ਕਿ ਮਾਲ ਮਵੇਸ਼ੀ ਤਾਂ ਕਿਤਨੇ ਜ਼ਿਆਦਾ ਹਨ ਇਹ ਇਸ ਨੇ ਅੰਦਰ ਬੜੀ ਜਾਣੇ ਤਾਂ ਇਹ ਬਾੜ ਤਰੋੜੀ ਗਏ ਸਨ ਰਾਤੀ ਅਸਾਂ ਕਾਫੀ ਮਿਹਨਤ ਕੀਤੀ ਔਰ ਜਿਹੜੀ ਬਾੜ ਸੀ ਨਾ ਸਾਰੀ ਬਾੜ ਅਸਾਂ ਜਨਾਬ ਇਹ ਕਲੀਅਰ ਕੀਤੀ ਹੈ ਤੁਸੀਂ ਤੱਕਣੇ ਹੋ ਮਾਸ਼ਾਅੱਲਾ ਕਿਤਨੀ ਖੂਬਸੂਰਤ ਤਿਆਰ ਕਰੀ ਹੋਈ ਹੈ ਤਾਂ ਬਾਕੀ ਇੱਧਰ ਵੀ ਤੱਕੋ ਮਾਸ਼ਾਅੱਲਾ ਸਨਸੈਟ ਵੀ ਬਿਲਕੁਲ ਅਸਣ ਆ ਸਾਹਮਣੇ ਆ ਇਸ ਤੋਂ ਇਲਾਵਾ ਜਨਾਬ ਜੀ ਤੱਕੋ ਤੂਤਾਂ ਨੂੰ ਬੂਟਾ ਵੀ ਅਲਹਮਦੁਲਿਲਾ ਲੱਗੀ ਗਿਆ ਔਰ ਸੈਟਿੰਗ ਜਿਹੜੀ ਆ ਟੋਟਲ ਹੀ ਅਸਾਂ ਕਲੀਅਰ ਆ ਅਸਣ ਆਸ਼ਾਨਾ ਤੱਕਣੇ ਹੋ ਟੋਟਲ ਹੀ ਕਲੀਅਰ ਹੈ ਮਾਸ਼ਾਅੱਲਾ ਤੁਸੀਂ ਚੈੱਕ ਕਰੋ ਹਸਣ ਅਹਿਮਦ ਸਾਹਿਬ ਲੱਗੇ ਹੋਏ ਮੰਦੀ ਤਿਆਰ ਕਰੀ ਰਹੇ ਇਹ ਤੁਸੀਂ ਚੈੱਕ ਕਰੋ ਇਹਨਾਂ ਕੀ ਮਸਾਲਾ ਵਗੈਰਾ ਲੱਗੀ ਗਿਆ ਆ ਅਤੇ ਜਨਾਬ ਹੈ ਚੁੱਲ੍ਹੇ ਉੱਪਰ ਵੀ ਟਿੰਗਣੀਆਂ ਲੱਗੀਆਂ ਇਸ ਨੂੰ ਤੱਕਣੇ ਹੁਣ ਅੰਦਾਜ਼ਨ ਕਿੰਨਾ ਕੁ ਟਾਈਮ ਲੱਗੀ ਜਾ ਸੀ ਇਸ ਕੀ ਟੋਟਲ ਡੇਢ ਘੰਟਾ ਡੇਢ ਘੰਟੇ ਤਿਆਰ ਹੋਈ ਜਾ ਸੀ ਇਨਸ਼ਾਅੱਲਾ ਜੀ ਮਾਸ਼ਾਅੱਲਾ ਤੱਕਣੇ ਹੋ ਤੁਸੀਂ ਮਸਾਲਾ ਸ਼ਸਾਲਾ ਜ਼ਬਰਦਸਤ ਲਾਇਆ ਨੇ ਇਸ ਨਾਲ ਕੋਈ ਮਸਾਲਾ ਸਪੈਸ਼ਲ ਹੋਣਾ ਆ ਸਪੈਸ਼ਲ ਹੈ ਆਪੋ ਬਣਾਉਣਾ ਪੈਣਾ ਨਾ ਸਹੀ ਹੋਏਗਾ ਅਗਰ ਅਸੀਂ ਫਿਰ ਅਸਾਂ ਬਾਣਾ ਦੇਣਾ ਨਾ ਜੇ ਅਸਾਂ ਆਧਾਰ ਬੰਦਾ ਬਣਾਈ ਗਈ ਸੀ ਕਹਿਣੇ ਹੋ ਹਾਂ ਜਿਸ ਬੰਦੇ ਕੰਮ ਕਰਾਉਣਾ ਹੈ ਅਸਾਂ ਕੀ ਆਰਡਰ ਦਿਓ
ਮਾਸ਼ਾਅੱਲਾ ਤੱਕੋ ਹੁਣੇ ਬੰਦ ਵਗੈਰਾ ਹੋ ਸੀ ਤਕਰੀਬਨ ਕਿਤਨਾ ਟਾਈਮ ਰਹੇ ਸੀ ਇਹ 45 ਮਿੰਟ ਹੁਣ ਰਹੇ ਸੀ ਤੇ ਫਿਰ ਚਾਵਲ ਬਾਸਾਂ ਇਸਨੇ ਤੇ ਫਿਰ 25 ਮਿੰਟ ਫਿਰ ਰਹੇ ਸੀ ਮਾਸ਼ਾਅੱਲਾ ਜੀ ਬਾਕੀ ਤਿਆਰ ਹੋ ਸੀ ਤੇ ਤਿਆਰ ਹੋਣ ਤੋਂ ਬਾਅਦ ਤੁਸੀਂ ਚੱਕ ਰਾਸਾਂ ਹਾਂ ਜੀ ਠੀਕ ਹੋ ਮਾਸ਼ਾਅੱਲਾ ਜੀ ਤੁਸੀਂ ਤੱਕਣੇ ਹੋ ਅਸਾਂ ਨੇ ਬੜੇ ਅਜ਼ੀਜ਼ ਜਨਾਬ ਖਵਾਜਾ ਮਹਿਰਾਨ ਸਾਹਿਬ ਅੱਲਾ ਪਾਕ ਇਹਨਾਂ ਕੀ ਸਲਾਮਤ ਰੱਖਿਆ ਯਕੀਨ ਮੰਨੋ ਅਸਾਂ ਨੇ ਇਲਾਕੇ ਨੇ ਤੱਕੋ ਬੜੇ ਬੜੇ ਬੰਦੇ ਵੀ ਥਾਏ ਮਾੜੇ ਅੱਬੂ ਵੀ ਥਾ ਖਾਸ ਕਰੀ ਹਾਜੀ ਸਫਦਰ ਸਾਹਿਬ ਅਸਾਂ ਨਾਲ ਤੁਸੀਂ ਵੀ ਦਰਗਾਹ ਚੋ ਇਹ ਵੀ ਜਨਾਬ ਸਪੈਸ਼ਲ ਇਹਨਾਂ ਵਿੱਚ ਆਇਆ ਗਿਆ ਹੈ ਤੇ ਇਹਨਾਂ ਨਾਲ ਮੁਲਾਕਾਤ ਕਰਤਾ ਤੇ ਅਸਾਂ ਦੁਆ ਕਰਨੇ ਅੱਲਾ ਪਾਕ ਹੀ ਜੋ ਨੌਜਵਾਨ ਦੀ ਸਲਾਮਤ ਰੱਖਿਆ ਔਰ ਤੱਕੋ ਜਿਹੜੀ ਇਹਨਾਂ ਮਾਸ਼ਾਅੱਲਾ ਆਵਾਮ ਨੇ ਜੰਗ ਲੜੀ ਹਰ ਬੰਦਾ ਇਹਨਾਂ ਪਰ ਖੁਸ਼ ਹੈ ਤੇ ਬਾਕੀ ਜਨਾਬ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਤੁਸੀਂ ਅੱਲਾ ਅਜਰ ਦੇ ਸੀ ਇਨਸ਼ਾਅੱਲਾ ਇਹ ਫੀਸ ਵੀ ਲਿਲਾ ਅੱਲਾ ਤਾਲਾ ਕੋਈ ਸ਼ੱਕ ਨਹੀਂ ਕਿ ਕਿਤਨੀ ਦੁਨੀਆ ਇਹ ਬਿਜਲੀ ਦੇ ਇਸ ਵਜ੍ਹਾ ਤੋਂ ਤੰਗ ਸੀ ਕੋਈ ਸ਼ੱਕ ਨਹੀਂ ਚਲੋ ਅੱਲਾ ਖੈਰ ਕਰੇ ਬਾਕੀ ਚੱਲਨੇ ਆ ਜਨਾਬ ਬਹਿਣੇ ਆ ਫਿਰ ਬਾਕੀ ਗੱਪਸ਼ੱਪ ਨਾਲ ਹੋ ਰਹੀ ਹੈ ਜੀ ਹਾਂ ਮੁਝੇ ਔਰ ਨਾ ਕੋਈ ਵੀ ਨਾਮ ਦੇ ਮੈਂ ਕਸ਼ਮੀਰ ਹੋ ਕਸ਼ਮੀਰ ਹੋ ਆਣੇ ਵੀ ਕੀ ਕੋਈ ਹੋਰ ਨਾਂ ਨਾ ਲੈ ਮੈਂ ਕਸ਼ਮੀਰੀਆਂ ਜਿਸ ਦੀ ਸਦੀਆਂ ਪੁਰਾਣੀ ਤਾਰੀਖ ਹੈ ਮੁਝੇ ਔਰ ਕੋਈ ਵੀ ਨਾਮ ਦੇ ਮੈਂ ਕਸ਼ਮੀਰ ਹਾਂ ਕਸ਼ਮੀਰ ਹਾਂ ਮੁਝੇ ਔਰ ਜੋ ਕੋਈ ਰੰਗ ਦੇ ਮੁਝੇ ਕੋਈ ਐਸੀ ਕਬਾਨ ਦੇ ਮੈਂ ਚਲਾ ਕੇ ਆਇਆ ਹੂੰ ਕਸ਼ਮੀਰਾਂ ਮੁਝੇ ਔਰ ਨਾ ਕੋਈ ਵੀ ਨਾਮ ਦੇ ਮੈਂ ਕਸ਼ਮੀਰ ਹੋ ਕਸ਼ਮੀਰ ਹੋ ਆਣੇ ਵੀ ਕੀ ਕੋਈ ਹੋਰ ਨਾਂ ਨਾ ਲੈ ਮੈਂ ਕਸ਼ਮੀਰੀਆਂ ਜਿਸ ਦੀ ਸਦੀਆਂ ਪੁਰਾਣੀ ਤਾਰੀਖ ਹੈ ਤਲਵਾਰ ਸਿੰਘ ਜਿਸ ਨੇ ਲੋਡ ਸ਼ੈਡਿੰਗ ਹੈ ਉਹ ਲੋਡ ਸ਼ੈਡਿੰਗ ਜਿਹੜੀ ਹੈ ਇਸ ਰਿਆਸਤ ਕੀ ਫਰੀ ਜ਼ੋਨ ਕੀਤਾ ਜਾਏ ਦੂਆ ਸਾਡਾ ਮੇਨ ਜਿਹੜਾ ਹੈ ਕਿ ਐਫ ਆਈ ਆਰਾਂ ਤੇ ਜਿਹੜੇ ਸਾਡੇ ਬੰਦੇ ਨੇ ਇਸ ਕਮੇਟੀ ਨੇ ਵਾਲੇ ਨਾਲ 11 ਮਈ ਕੀ ਅਰੈਸਟ ਹੋਏ ਨਾ ਉਹਨਾਂ ਕੀ ਰਿਹਾਅ ਕੀਤਾ ਜਾਏ ਇਹਨਾਂ ਕਿਉਂਕਿ ਵਾਅਦਾ ਕੀਤਾ ਸੀ ਜਿਹੜਾ ਸਾਡੇ ਨਾਲ ਟੇਬਲ ਉੱਪਰ ਬੈਠੇ ਸਨ ਵਾਅਦਾ ਕੀਤਾ ਸੀ ਕਿ ਸਾਡੇ ਬੰਦੇ ਅਸਾਂ ਰਿਹਾਅ ਕਰ ਸਾਂ ਇਸ ਵਜ੍ਹਾ ਤੋਂ ਅਸਾਂ ਉਸ ਹਵਾਲੇ ਨਾਲ ਵੀ 27 ਤਾਰੀਖ ਇਤਜਾਜ ਰੱਖਿਆ ਹੈ ਔਰ 27 ਤਾਰੀਖ ਹੀ ਅਸਾਂ ਅਨਾਊਂਸ ਕਰ ਸਾਂ ਕਿ ਅਗਰ ਅਸਾਂ ਨਾ ਰਿਹਾਅ ਕਰਨੇ ਤਾਂ ਅਸਾਂ ਅਗਲੀ ਕਾਲ ਕਿਹੜੀ ਦੇ ਸਾਂ ਰੂਟ ਕਿਹੜਾ ਸੀ ਅਸਾਂ ਆਪਣੇ ਆਪਣੇ ਸਟੇਸ਼ਨਾਂ ਪਰ ਇਤਜਾਜ ਕਰਨੇ ਕਿਸ ਤਰ੍ਹਾਂ ਕਰੋ ਹਰ ਜ਼ਿਲ੍ਹੇ ਕਿਸ ਤਰ੍ਹਾਂ ਕਰੋ
پرامن ہو سی لیکن بندے بہت تیار ہو گئے ہوں انشاءاللہ یہ زیادہ تو زیادہ ہی ہو سی ਤੁਸਾਂ ਇਹ ਤੱਕੋ ਨਾ ਕਿ ਤੁਸਾਂ ਕੀ ਬਿਹਤਰ ਕਿਆ ਲੱਗਣਾ ਹੈ ਕਿ ਤੁਸਾਂ ਬਿਹਤਰ ਆਪਣੇ ਸਟੇਸ਼ਨਾਂ ਪਰ ਇਤਜਾਜ ਕਰੀ ਸਕਦੇ ਹੋ ਜਾਂ ਤੁਸਾਂ ਕੀ ਨਜ਼ਦੀਕ ਨਾੜ ਲੱਗਣਾ ਹੈ ਨਾੜ ਇਤਜਾਜ ਕਰੀ ਸਕਦੇ ਹੋ ਜਾਂ ਡੁਡਿਆਲ ਨੇ ਨਜ਼ਦੀਕ ਲੱਗਣਾ ਉੱਥੇ ਇਤਜਾਜ ਹੋ ਸਹੀ ਸਾਫ ਅਸਾਂ ਦੱਸੋ ਨਾ ਅਸਾਂ ਸ਼ਾਮਲ ਜੀ ਤਾਂ ਆਪ ਕੋ ਅਸਾਂ ਹੋਈਗਾ ਬੁਨਿਆਦੀ ਤੌਰ ਪਰ ਤੱਕੋ ਕਿ ਮੁਰੇ ਦਾ ਮਸਫਰ ਬਾਅਦ ਵੀ ਹੋਂ ਗੱਡੀਆਂ ਕਰਨੇ ਸਾਂ ਜਾਂਦੀ ਕਿ ਆਣੇ ਮੈਂ ਨਹੀਂ ਉਧਰ ਨਹੀਂ ਜਾਣੀ ਬੁਨਿਆਦੀ ਤੌਰ ਪਰ ਤੱਕੋ ਨਾ ਕਿ ਜਿਸ ਰਹਿ ਲੋਕ ਈਜ਼ੀ ਹੈ ਲੋਕ ਆਸਾਨੀ ਨਾਲ ਜਾ ਸਕਦੇ ਤੱਕੋ ਇੱਕ ਮਕਸਦ ਹੋਣਾ ਹੈ ਮਕਸਦ ਇਹੀ ਹੈ ਕਿ ਇੱਕ ਜ਼ਾਲਮ ਨੇ ਖਿਲਾਫ ਆਵਾਜ਼ ਚਾਹਣਾ ਇਹੀ ਮਕਸਦ ਹੈ ਹੋਰ ਮਕਸਦ ਨਹੀਂ ਹੈ ਕਿ ਬੰਦਾ ਬੰਦੇ ਜ਼ਿਆਦਾ ਇਕੱਠੇ ਕਰੀ ਗਏ ਸੀ ਜਾਂ ਨਾ ਬਣਾਈ ਗਈ ਸੀ ਜਾਂ ਕੋ ਨਹੀਂ ਇਹ ਹੈ ਕਿ ਬੰਦਾ ਇਜ਼ਹਾਰ ਕਰਨਾ ਪਿਆ ਕਿ ਜ਼ੁਲਮ ਹੋਣਾ ਪਿਆ ਇਸ ਜ਼ੁਲਮ ਕੀ ਜਿਹੜਾ ਨਾ ਖਤਮ ਕਰਨਾ ਚਾਹੀਦਾ ਅਸਾਂ ਇਸ ਤਾਈਲੀ ਕਾਲ ਵੀ ਜਿਹੜੀ ਹੈ ਨਾ ਇਹ ਇਸ ਜ਼ੁਲਮ ਨੇ ਖਿਲਾਫ ਹੈ ਕਿ ਤੱਕੋ ਸਾਡੀ ਚਾਰ ਦੀਵਾਰੀ ਵੀ ਗੈਰ ਮਹਿਫੂਜ਼ ਹੋਈ ਗਈ ਹੈ ਪੁਲਿਸ ਸਾਡੀਆਂ ਘਰਾਂ ਦੇ ਅੰਦਰ ਬੜੀ ਹੈ ਦਰਵਾਜ਼ੇ ਤਰੋੜੀ ਕੇ ਅੰਦਰ ਬੜੀ ਹੈ ਮੰਗਣੇ ਕੈਸਾ ਆਟਾ ਅਤੇ ਬਿਜਲੀ ਠੀਕ ਹੈ ਇਹਨਾਂ ਸਾਡੀ ਚਾਰ ਦੀਵਾਰੀ ਵੀ ਗੈਰ ਮਹਿਫੂਜ਼ ਕੀਤੀ ਉਸ ਕੋਲ ਬਾਅਦ ਦਿਹਾੜੀ ਸ਼ਹਿਰਾਂ ਵਿੱਚ ਸ਼ੈਲਿੰਗ ਮਾਰੀ ਹੈ ਜਿਸਨੇ ਵਿੱਚ ਹਾਈ ਸਕੂਲ ਦੀਆਂ 31 ਬੱਚੀਆਂ ਸਾਡੀਆਂ ਜਿਹੜੀਆਂ ਨਾ ਡੜਿਆਲ ਲੀਆਂ ਉਹ ਹਸਪਤਾਲਾਂ ਵਿੱਚ ਐਡਮਿਟ ਹੋਈ ਗਈਆਂ ਸਨ ਤਕਰੀਬਨ 3 ਘੰਟੇ ਉਹ ਉੱਥੇ ਹਸਪਤਾਲਾਂ 'ਚ ਰਹੀਆਂ ਕੁਝ ਬੱਚੀਆਂ ਕਿ ਰੈਫਰ ਮਿਰਪੁਰ ਕਰੀ ਉੜਿਆ ਸੀ ਨੇ ਮਿਰਪੁਰ ਹਸਪਤਾਲਾਂ ਵਿੱਚ ਇਹ ਜ਼ੁਲਮ ਹੋਇਆ ਤ੍ਰੀਆ ਜ਼ੁਲਮ ਸਾਡੇ ਨਾਲ ਜਿਹੜੇ ਬੰਦੇ 'ਚ ਆਏ ਨੇ ਉਹਨਾਂ ਪਰ ਤਸ਼ੱਦਦ ਕੀਤਾ ਨੇ ਇੱਕ ਸਾਡਾ ਦੋਸਤ ਹੈ ਉਸਨੇ ਮੁੰਡਾ ਤਰੋੜੀ ਛੋੜਿਆ ਨੇ ਠੀਕ ਹੈ ਮਾਰੀ ਮਾਰੀ ਨੇ ਉਸਨੇ ਮੁੰਡਾ ਤਰੋੜੀ ਛੋੜਿਆ ਨੇ ਹਾਲੇ ਉਹ ਫੇਸਬੁੱਕ ਪਰ ਵੀ ਇਹ ਗੱਲਾਂ ਲਿਖਣਾ ਸੀ ਕਿ ਯਾਰ ਹੁਕਮਰਾਨ ਜਿਹੜੇ ਆਪਣੀ ਇਹ ਅਮਰਾਦ ਘੱਟ ਕਰਨ ਅਤੇ ਗਰੀਬਾਂ ਕੇ ਰਿਲੀਫ ਦੇਣ ਇਸੇ ਪਰ ਉਹ ਸਾਰੀ ਉਹ ਬਹਿਸ ਕਰਨੇ ਸਨ ਗੱਲ ਕਰਨੇ ਸਨ ਜਿਹਨਾਂ ਪਰ ਤਸ਼ੱਦਦ ਹੋਇਆ ਉਸ ਕੋਲ ਬਾਅਦ ਸਾਡੇ ਜਿੰਨੇ ਵੀ ਮੁਤਾਲਬਾਤ ਹਨ ਉਹ ਤਸਲੀਮ ਵੀ ਤੁਸੀਂ ਕਰੀ ਕਹਿੰਦੇ ਠੀਕ ਹੈ ਉਹ ਮੰਨੀ ਵੀ ਕਹਿੰਦੇ ਨੇ ਉਸਨੇ ਪਰ ਨੋਟੀਫਿਕੇਸ਼ਨ ਵੀ ਜਾਰੀ ਹੋਇਆ ਬਿਜਲੀ ਪਰ ਵੀ ਹੋ ਗਿਆ ਆਟੇ ਪਰ ਵੀ ਹੋ ਗਿਆ ਅਤੇ ਹੁਕਮਰਾਨ ਅਸ਼ਰਾਫੀਆ ਪਰ ਵੀ ਜਿਹੜਾ ਨਾ ਜੁਡੀਸ਼ਲ ਕਮਿਸ਼ਨ ਦਾ ਕਿਆਮ ਜਿਹੜਾ ਉਹ ਹੋ ਹੀ ਗਿਆ ਅਗਰ ਜਾਇਜ਼ ਮੁਤਾਲਬੇ ਐਕਸੈਪਟ ਵੀ ਹੋਈ ਗਏ ਤਾਂ ਫਿਰ ਇਹ ਜਿਹੜਾ ਰੱਦ ਅਮਲ ਕੀਤਾ ਗਿਆ ਇਹ ਕਿਉਂ ਕੀਤਾ ਗਿਆ ਇਤਨਾ ਬੜਾ ਜ਼ੁਲਮ ਕਿਉਂ ਕੀਤਾ ਗਿਆ ਦਹਿਸ਼ਤਗਰਦੀ ਐਕਟ ਲਾਇਆ ਗਿਆ ਆਮ ਲੋਕਾਂ ਪਰ ਜਿਹੜੇ ਮਤਲਬ ਦੁਕਾਨਦਾਰ ਸਨ ਡੁਡਿਆਲ ਨੇ ਉਹਨਾਂ ਪਰ ਤਸ਼ੱਦਦ ਕੀਤਾ ਨੇ ਉਸ ਤੋਂ ਬਾਅਦ ਉਹ 6 ਦਿਹਾੜੇ ਆਪਣੀਆਂ ਦੁਕਾਨਾਂ ਬੰਦ ਕਰੀ ਕੇ ਬੈਠੇ ਨੇ 6 ਦਿਨ ਉਹਨਾਂ ਆਪਣੀ ਰੋਜ਼ੀ ਨਹੀਂ ਖੋਲ੍ਹੀ ਇਸੇ ਵਜ੍ਹਾ ਤੋਂ ਕਿ ਯਾਰ ਅਸਾਂ ਤਾਂ ਪੂਰਾ ਅਮਨ ਅਸਾਂ ਇੱਕ ਆਵਾਜ਼ ਚਾਹੀ ਸੀ ਤਾਂ SDM ਉਹਨਾਂ ਕੀ ਮਾਰਿਆ ਫਿਰ ਪੁਲਿਸ ਤਸ਼ੱਦਦ ਸ਼ੁਰੂ ਕਰੀ ਦਿੱਤਾ ਹੁਣ ਜਿਹੜਾ ਜ਼ੁਲਮ ਹੈ ਇਸ ਕੀ ਰੋਕਣੇ ਵਾਸਤੇ ਅਸਾਂ ਇਹ ਜਾਣਿਆ ਕਿ ਜਿਨ੍ਹਾਂ ਬੰਦਿਆਂ ਗਲਤ ਕੰਮ ਕੀਤਾ ਹੈ ਉਹ ਇੰਤਜ਼ਾਮੀਆਂ ਨੇ ਜਾਂ ਜਿਹੜੇ ਵੀ ਉਹਨਾਂ ਪਰ ਕਾਨੂੰਨੀ ਕਾਰਵਾਈ ਕੀਤੀ ਜਾਏ ਉਹਨਾਂ ਪਰ FIRਾਂ ਦਿਓ ਉਹਨਾਂ ਪਰ ਕਾਨੂੰਨੀ ਕਾਰਵਾਈ ਕਰੋ ਅਤੇ ਜਿਹੜੇ ਸਾਰੇ ਬੇਗੁਨਾਹ ਬੰਦੇ ਡੱਕੇ ਉਹਨਾਂ ਬੰਦਿਆਂ ਕੀ ਰਿਹਾ ਕਰੋ ਸਨ 65 ਵਿੱਚ ਅਤੇ ਜਨਰਲ ਜੋਬ ਉਹਨਾਂ ਜੰਗ ਜਿੱਤਿਆ ਠੀਕ ਹੈ ਜਾਂ ਨਹੀਂ ਦੋ ਬੰਦੇ ਅਤੇ ਜਿਹੜੇ ਜਰਨੈਲ ਸਨ ਜਨਰਲ ਚਿੱਕਾ ਜਨਰਲ ਨਿਆਜ਼ੀ ਉਹ ਬਾਰਡਰਾਂ ਪਰ ਸਨ ਉਹਨਾਂ 12 ਬੋਰ ਨਾਲ ਜੰਗ ਜਿੱਤੇ ਇਹਨਾਂ ਕੋਲ ਤੋਪਾਂ ਇਹਨਾਂ ਕੋਲ ਜਹਾਜ਼ ਠੀਕ ਹੈ ਯਾਰ ਜਹਾਜ਼ ਤਾਂ ਆਪੂ ਖਲ ਨਾ ਬਾਰਡਰਾਂ ਪਰ ਇਹ ਜਿੱਤਣੇ ਵੀ ਸੀ ਤਾਂ ਵੀ ਆਹ ਇਹਨਾਂ ਕੀ ਬੋਰ ਦਿਓ ਬਈ ਇਹ ਉੱਥੇ ਜੁੜੇ ਤਾਂ ਚਾਹੀਦੇ ਹੋਣੇ ਇੱਥੇ ਸਾਡੀ ਕਾਪੀ ਕਰਨੇ ਗੋਡੀ ਕਰਨੇ ਕਿਹੜੀ ਕਮਾਈ ਸਾਡੀ ਕਰਨੇ ਨਾ ਸਾਡਾ ਕੋਲ ਬੋਰਡ ਵੀ ਕਿੰਨੇ ਠੀਕ ਹੈ ਯਾਰ ਅੱਛਾ ਜੀ ਬੋਰਡ ਦਿਓ ਜਿਸ ਵੇਲੇ ਕੋਈ ਮਸਲਾ ਹੋ ਸੀ ਉਸਲੇ ਆਣੇ ਨੂੰ ਕੱਢ ਲਿਆ ਬੜੀ ਮੁਸ਼ਕਿਲ ਹੈ ਜੀ ਪਤਾ ਕਿਆ ਸਾਡੇ ਤਾਂ ਬੜੀ ਮੁਸ਼ਕਿਲ ਹੈ ਤੁਸਾਂ ਕੋਲ ਵੀ ਵੋਟ ਕਿੰਨੇ ਆ ਉਧਰੋਂ ਵੀ ਕਿੰਨੇ ਆ ਉਹ ਫਿਰ ਤੁਸਾਂ ਕਿ ਧਿਆਨ ਕਰਦੇ ਜਦ ਤੁਸਾਂ ਕੋਲ ਅਦਲ ਨਹੀਂ ਤੇ ਫਿਰ ਤੁਸਾਂ ਕਿ ਵੋਟ ਕਰ ਸਕਦੇ ਹਾਂ ਉਸ ਕੀ ਜੋ ਜਿਹੜਾ ਅਦਲ ਕਰਨਾ ਠੀਕ ਹੈ ਜਾਂ ਨਹੀਂ ਇਹ ਸ਼ਾਬਾਸ਼ ਹੈ ਅੱਲਾਹ ਤਾਲਾ ਤੁਸਾਂ ਕੀ ਪੈਣਾ ਇਹਦੀਆਂ ਵੀ ਨਵਾਜ਼ ਹੈ ਜਿਹਨਾਂ ਇਤਨੀ ਹਿੰਮਤ ਕੀਤੀ ਔਰ ਕਸ਼ਮੀਰ ਪੂਰੀ ਨੇ ਹਿੰਮਤ ਕੀਤੀ ਉਸ ਮੁਕਾਮ ਪਰ ਪਹੁੰਚੇ ਹੋ ਅੱਜ ਜਨਾਬ ਸਾਰਿਆਂ ਕੀ
ਸੁੱਖ ਨਹੀਂ ਘੜੀ ਲੱਭਣ ਦੀ, ਠੀਕ ਹੈ ਜੀ। ਅਸ ਤਾਂ ਉਹਨਾਂ ਕੇ ਰਾਤ ਦਿਨ ਦਵਾਈ ਦੇ ਰਹੇ ਹਾਂ ਬਈ ਜਿੰਨਾ ਸਾਰਾ ਬਚਾ ਹੈ ਇਹ ਸੋਚਿਆ ਇਹਨਾਂ ਜ਼ਿੰਦਾਬਾਦ ਤੁਸਾਨੂੰ ਸ਼ੁਕਰੀਆ ਡੇਰੇ ਨਾਲ ਵੀ ਪਤਾ ਲੱਗ ਗਿਆ ਜਦੋਂ ਵੀ ਅੱਛਾ ਹੋਣਾ ਚੈੱਕ ਕਰ ਲਾ ਲਾਜ਼ਮੀ ਜਿਹੜਾ ਠੀਕ ਹੈ ਜੀ ਕੋਆਰਡੀਨੇਸ਼ਨ ਰਹਿਣਾ ਚਾਹੀਦਾ ਅੱਲਾਹ ਬਹੁਤ ਸ਼ੁਕਰੀਆ ਠੀਕ ਹੈ ਪਿਆਰਿਓ ਅੱਲਾ ਹਾਫਿਜ਼ ਜੀ ਸਲਾਮਤ ਰਹੋ ਆਬਾਦ ਰਹੋ ਪੱਕਿਆ ਪੱਕਿਆ ਪੱਕਿਆ।